ਵੀਡੀਓ ਵੇਖ ਰਹੇ ਸਾਰੇ ਪਿਆਰੇ ਸਰੋਤੇ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਬਿਜਲੀ ਮੀਟਰਾਂ ਬਾਰੇ। ਵੱਡੀ ਖਬਰ ਜਿਹੜੀ ਆ ਲੈ ਕੇ ਹਾਜ਼ਰ ਹੋਏ ਹਾਂ ਜੀ। ਬਿਜਲੀ ਮਹਿਕਮੇ ਤੋਂ ਯਾਨੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਕੰਪਨੀ ਪਟਿਆਲਾ ਤੋਂ ਇੱਕ ਵੱਡੀ ਅਪਡੇਟ ਆਈ ਹੈ। ਸਾਰਿਆਂ ਦੇ ਲਈ ਜ਼ਰੂਰੀ ਕੰਮ ਜਿਹੜਾ ਆ ਉਹ ਹਰੇਕ ਵਿਅਕਤੀ ਨੂੰ ਜਿਹੜਾ ਆ ਕਰਨਾ ਚਾਹੀਦਾ। ਜੇਕਰ ਤੁਸੀਂ ਨਹੀਂ ਕਰਦੇ ਤਾਂ ਤੁਹਾਨੂੰ ਜ਼ੀਰੋ ਬਿੱਲ ਦਾ ਲਾਭ ਜਿਹੜਾ ਨਹੀਂ ਮਿਲ ਸਕਦਾ। ਤੁਹਾਨੂੰ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਕਿ ਕਰਨਾ ਹੋਵੇਗਾ ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਜਿਹੜੀ ਹੈ ਦੇਣ ਜਾ ਰਹੇ ਹਾਂ। ਚੈਨਲ 'ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ, ਤਾਂ ਜੋ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਸੈਂਟਰ ਸਰਕਾਰ ਦੀਆਂ, ਪੰਜਾਬ ਸਰਕਾਰ ਦੀਆਂ, ਬਿਜਲੀ ਬੋਰਡ ਮਹਿਕਮੇ ਤੋਂ ਜਿੰਨੀਆਂ ਵੀ ਨਵੀਆਂ ਅਪਡੇਟ ਆਉਂਦੀਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਸਾਡੇ ਚੈਨਲ 'ਤੇ ਮਿਲਦੀ ਰਹੇ। ਸੋ ਜਿਵੇਂ ਆਪ ਸਭ ਜੀ ਨੂੰ ਪਤਾ ਹੈ ਕਿ ਬਿਜਲੀ ਦੀਆਂ ਦਰਾਂ ਦੇ ਵਿੱਚ ਜਿਹੜਾ ਵਾਧਾ ਜਿਹੜਾ ਨਹੀਂ ਕੀਤਾ ਗਿਆ, ਪਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਕੰਪਨੀ ਨੇ ਆਪਣੇ ਖਪਤਕਾਰਾਂ ਨੂੰ ਕੁਝ ਸੁਝਾਅ ਜਿਹੜੇ ਨੇ ਦੇਣੇ ਸ਼ੁਰੂ ਕਰ ਦਿੱਤੇ ਨੇ। ਹਰੇਕ ਜ਼ਿਲ੍ਹੇ ਦੇ ਜਿੰਨੇ ਵੀ ਦਫ਼ਤਰ ਹੈਗੇ ਨੇ ਬਿਜਲੀ ਵਿਭਾਗ ਦੇ, ਚਾਹੇ ਉਹ ਪੇਂਡੂ ਇਲਾਕੇ ਨੇ ਚਾਹੇ ਉਹ ਸ਼ਹਿਰੀ ਇਲਾਕੇ ਨੇ, ਹਰੇਕ ਜ਼ਿਲ੍ਹੇ ਦੇ ਵਿੱਚ ਨੋਟੀਫਿਕੇਸ਼ਨ ਜਿਹੜੇ ਆ PSPCL ਨੇ ਭੇਜਣੇ ਸ਼ੁਰੂ ਕਰ ਦਿੱਤੇ ਨੇ ਕਿ ਚੈਕਿੰਗਾਂ ਜਿਹੜੀਆਂ ਆ ਘਰਾਂ ਘਰਾਂ ਵਿੱਚ ਜਿਹੜੀਆਂ ਕੀਤੀਆਂ ਜਾਣ। ਤੁਹਾਨੂੰ ਦੱਸ ਦਈਏ ਕਿ ਆਪ ਸਭ ਜੀ ਨੂੰ ਜਾਣਦੀ ਹੈਗੇ ਹੋ ਕਿ ਮਈ ਮਹੀਨਾ 2024 ਦਾ ਜਿਹੜਾ ਚੱਲ ਰਿਹਾ ਹੈਗਾ, ਪੰਜਾਬ ਦੇ ਵਿੱਚ ਅੱਤ ਦੀ ਗਰਮੀ ਜਿਹੜੀ ਹੈ ਪੈਣੀ ਸ਼ੁਰੂ ਹੋ ਗਈ ਆ। ਸੋ ਪੰਜਾਬ ਦੇ ਵਿੱਚ ਜਿੰਨੇ ਵੀ ਬਿਜਲੀ ਖਪਤਕਾਰ ਹੈਗੇ ਨੇ ਉਹ ਹੁਣ ਇਸ ਟਾਈਮ ਕਾਫੀ ਜ਼ਿਆਦਾ ਬਿਜਲੀ ਜਿਹੜੀ ਆ ਕੰਜ਼ਿਊਮ ਜਿਹੜੀ ਆ ਕਰ ਰਹੇ ਹੈਗੇ ਨੇ। ਸੋ ਬਿਜਲੀ ਕੰਜ਼ਿਊਮ ਜਿਹੜੇ ਕਰ ਰਹੇ ਨੇ ਕੁਛ ਲੋਕ ਨੇ ਜਿਹੜੇ ਕਿ ਤੁਹਾਨੂੰ ਦੱਸ ਦਈਏ ਕਿ 60% ਜਿਹੜੇ ਲੋਕ ਹੈਗੇ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਗਲਤ ਤਰੀਕੇ ਦੇ ਨਾਲ ਬਿਜਲੀ ਕੰਜ਼ਿਊਮ ਕਰ ਰਹੇ ਨੇ। PSPCL ਦੇ ਡਿਪਾਰਟਮੈਂਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਜਿਹੜੇ ਨੋਟਿਸ ਭੇਜੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਬਿਜਲੀ ਮਹਿਕਮੇ ਦੇ ਜੋ ਲੋਕਲ ਜੋਬ ਕਰਦੇ ਹੈਗੇ ਨੇ ਇੰਪਲੋਏ ਉਹਨਾਂ ਨੂੰ ਕਹਿ ਦਿੱਤਾ ਹੈਗਾ ਕਿ ਘਰਾਂ ਘਰਾਂ ਦੇ ਵਿੱਚ ਜਾ ਕੇ ਜਿਹੜੀ ਲੋਡ ਹੈ ਉਹ ਚੈਕਿੰਗ ਕੀਤਾ ਜਾਵੇ, ਤੇ ਜੇਕਰ ਕੋਈ ਵਿਅਕਤੀ ਲੋਡ ਘੱਟ ਹੈਗਾ ਤੇ ਕੰਜ਼ਿਊਮਿੰਗ ਬਿਜਲੀ ਜ਼ਿਆਦਾ ਕਰ ਰਿਹਾ ਹੈਗਾ, ਮੰਨ ਲਓ ਕਿ ਕਿਸੇ ਦਾ ਲੋਡ 1 ਕਿਲੋਵਾਟ ਹੈ ਜਾਂ 2 ਹੈ ਜਾਂ 2.5 ਹੈ, ਤੇ ਉਹਦੇ ਘਰ ਵਿੱਚ ਰਸੋਈ ਵਿੱਚ ਚਿਮਣੀ ਵੀ ਲੱਗੀ ਹੋਈ ਆ, ਗੀਜ਼ਰ ਵੀ ਲੱਗਾ ਹੋਇਆ, ਫਰਿੱਜਾਂ ਵੀ ਲੱਗੀਆਂ ਹੋਈਆਂ ਨੇ, ਕੂਲਰ ਵੀ ਹੈਗੇ ਨੇ, ਮੋਟਰ ਵੀ ਲੱਗੀ ਹੋਈ ਆ, ਠੀਕ ਆ ਜੀ, ਤੇ AC ਲੱਗਾ ਹੋਇਆ। ਸੋ ਉਹਨਾਂ ਦਾ ਜੇਕਰ ਲੋਡ ਘੱਟ ਨਿਕਲਦਾ ਤਾਂ ਉਹਨਾਂ ਨੂੰ 0 ਬਿੱਲ ਦਾ ਲਾਭ ਜਿਹੜਾ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਜਿਹੜਾ ਸਵੈ ਘੋਸ਼ਣਾ ਫਾਰਮ ਹੈਗਾ ਆ ਉਹਦੇ ਵਿੱਚ ਸਾਰੀਆਂ ਹੀ ਸ਼ਰਤਾਂ ਜਿਹੜੀਆਂ ਨੇ ਲਿਖੀਆਂ ਹੋਈਆਂ ਨੇ। ਸੋ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਜੇਕਰ ਤੁਸੀਂ ਅਜੇ ਤੱਕ ਵੀ ਬਿਜਲੀ ਦਾ ਲੋਡ ਜਿਹੜਾ ਐਕਸਟੈਂਡ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਜਿਹੜਾ ਜ਼ਰੂਰ ਕਰਵਾ ਲੈਣਾ ਚਾਹੀਦਾ, ਕਿਉਂਕਿ ਜਿਹੜੇ ਵਿਅਕਤੀ ਇਹ ਕੰਮ ਨਹੀਂ ਕਰਨਗੇ ਉਹਨਾਂ ਨੂੰ 0 ਬਿੱਲ ਦਾ ਲਾਭ ਜਿਹੜਾ ਨਹੀਂ ਦਿੱਤਾ ਜਾਵੇਗਾ, ਤੇ ਉਹਨਾਂ ਨੂੰ ₹25,000 ਤੱਕ ਦਾ ਜੁਰਮਾਨਾ ਵੀ ਜਿਹੜਾ ਆ ਸਰਕਾਰ ਜਿਹੜੀ ਆ ਪਾ ਸਕਦੀ ਆ, PSPCL ਬੋਰਡ ਪਾ ਸਕਦਾ ਆ, ਕਿਉਂਕਿ ਜੇਕਰ ਸਰਕਾਰ ਇੱਕ ਪਾਸੇ ਤੁਹਾਨੂੰ ਮੁਫ਼ਤ ਬਿਜਲੀ ਦਾ ਲਾਭ ਦੇ ਰਹੀ ਹੈ ਤੇ ਜੇਕਰ ਤੁਸੀਂ ਦੂਜੇ ਪਾਸੇ ਗਲਤ ਯੂਜ਼ ਕਰਦੇ ਹੋ, ਕਿਉਂਕਿ ਬਹੁਤ ਸਾਰੇ ਘਰਾਂ ਵਿੱਚ ਇੱਦਾਂ ਦੇਖਣ ਨੂੰ ਮਿਲ ਰਿਹਾ ਹੈਗਾ। ਸੋ ਸਰਕਾਰ ਵੱਲੋਂ ਤੁਹਾਡੇ ਤੇ ਜੋ ਜੁਰਮਾਨਾ ਆ ਉਹ ਜੁਰਮਾਨਾ ਤੁਹਾਨੂੰ ਪਵੇਗਾ, ਤੇ ਹੋ ਸਕਦਾ ਕਿ ਜੇਕਰ ਤੁਸੀਂ ਜੁਰਮਾਨਾ ਪੇ ਨਹੀਂ ਕਰਦੇ, ਠੀਕ ਹੈ, ਜੁਰਮਾਨੇ ਦਾ ਨੋਟਿਸ ਤੁਹਾਨੂੰ ਆ ਜਾਂਦਾ, ਤੇ ਜੇਕਰ ਤੁਸੀਂ ਉਹ ਪੇ ਨਹੀਂ ਕਰਦੇ ਤਾਂ ਤੁਹਾਡਾ ਬਿਜਲੀ ਦਾ ਜਿਹੜਾ ਮੀਟਰ ਹੈ ਉਹ ਕੱਟਿਆ ਵੀ ਜਾ ਸਕਦਾ, ਤੇ ਇਸ ਤੋਂ ਬਾਅਦ ਜੇਕਰ ਮੀਟਰ ਕੱਟ ਹੋ ਜਾਂਦਾ ਤਾਂ ਉਹਦਾ ਤੁਹਾਨੂੰ ਲਾਭ ਜਿਹੜਾ ਦੁਬਾਰਾ ਨਹੀਂ ਮਿਲੇਗਾ। ਸੋ
ਸੋ ਇਸ ਤੋਂ ਇਲਾਵਾ ਹੋਰ ਨਵੀਂ ਅਪਡੇਟ ਜੇਕਰ ਆਉਂਦੀ ਹੈ ਪੀ ਐੱਸ ਪੀ ਸੀ ਐੱਲ ਦੇ ਡਿਪਾਰਟਮੈਂਟ ਵੱਲੋਂ ਉਹ ਵੀ ਵੀਡੀਓ ਅਸੀਂ ਅਪਲੋਡ ਕਰ ਦੇਵਾਂਗੇ। ਬਾਕੀ ਜਿਹੜਾ ਸਵੈ ਘੋਸ਼ਣਾ ਫਾਰਮ ਹੈਗਾ ਉਹ ਕਿਵੇਂ ਭਰਨਾ, ਕਿੱਥੇ ਜਮ੍ਹਾਂ ਕਰਵਾਉਣਾ, ਉਹ ਵੀ ਵੀਡੀਓ ਅਸੀਂ ਕੱਲ੍ਹ ਨੂੰ ਅਪਲੋਡ ਕਰ ਦੇਵਾਂਗੇ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਧੰਨਵਾਦ।